बिसमिल्ला रहमान रहीम एफ़ प्राइज़ बॉन्ड पे आने वालों को खुश आमदीद उम्मीद करता हूँ सब भाई खैरियत से होंगे जुआ पर्ची खेलना कानूनी जुर्म है लहजा नंबरों के प्राइस बॉन्ड खरीदें मुल्क की मैशियत को बेहतर बनाए आप भी खुशहाल हुकूमत भी खुशहाल तो भाई मेरे आज हम बात करते हैं दो सौ प्राइज़ बॉन्ड की कुरानदाजी है मुल्तान शहर च पंद्रह छः सन दो हज़ार बई को कुरनदाजी होने वाली अपने भाइयों वास्ते बहुत ही प्यारी रूटीन लेके आए हैं इन तुम्हें पसंद भी आएगी बहुत ही ज़बरदस्त रूटीन है भाई मेरे ਤੋ ਰੂਟੀਨ ਹੈ ਭਾਈ ਮੇਰੇ ਬੈਕ ਆਕੜੇ ਦੀ ਸਾਹਮਣਾ ਆਕੜਾ ਮੈਂ ਡਬਲ ਐਫ ਪ੍ਰਾਈਸ ਬੌਂਡ ਤੇ ਭਾਈ ਮੇਰੇ ਸਾਹਮਣਾ ਆਕੜਾ ਮੇਰਾ ਦੂਸਰਾ ਚੈਨਲ ਉੰਦੇ ਤੇ ਦਿੱਤਾ ਹੈ ਔਰ ਤੁਸੀਂ ਜਾ ਕੇ ਵੇਖਣਾ ਭਾਈ ਮੇਰੇ ਇਨਸ਼ਾ ਅੱਲਾਹ ਦੇ ਹੁਕਮ ਨਾਲ ਤੁਹਾਨੂੰ ਬਹੁਤ ਹੀ ਪਸੰਦ ਆਵੇਗਾ ਬੜੀ ਵੱਡੀ ਰੂਟੀਨ ਦੇ ਨਾਲ ਭਾਈ ਮੇਰੇ ਉਹ ਦਿੱਤਾ ਮੈਂ ਆਕੜਾ ਸਿੰਗਲ ਹੀ ਆਕੜਾ ਹੈਗਾ ਭਾਈ ਮੇਰੇ ਤੇ ਸਿੰਗਲ ਹੀ ਬੈਕ ਆਪਣੇ ਭਾਈਆਂ ਦੇਣੀ ਬੈਕ ਆਕੜਾ ਸਿੰਗਲ ਹੀ ਦੇਣਾ ਆਪਣੇ ਭਾਈਆਂ ਨੂੰ ਇਨਸ਼ਾ ਅੱਲਾਹ ਦੇ ਹੁਕਮ ਨਾਲ ਬਹੁਤ ਹੀ ਪਿਆਰੀ ਰੀਜ਼ਨ ਨਾਲ ਤੁਸੀਂ ਇਨਸ਼ਾ ਅੱਲਾਹ ਤੁਹਾਨੂੰ ਪਸੰਦ ਵੀ ਆਵੇਗਾ ਸਿੰਗਲ ਸੈਂਟਰ ਸਿੰਗਲ ਚੌਥਾ ਫਿੰਗਰ ਐਸੇ ਪੇਗਰਾਫ ਤੇ ਨਿਸ਼ਾਨੀਆਂ ਨਹੀਂ ਲੱਗੀਆਂ ਇਧਰੋਂ ਥੋੜਾ ਆਪਾਂ ਨੂੰ ਸਾਨੀ ਹੋ ਜਾਵੇਗਾ ਸਭ ਤੋਂ ਪਹਿਲੇ 200 ਪਾਉਂਡ ਦੇ ਵਿੱਚ ਭਾਈ ਮੇਰੇ ਜਾਣੇ 200 ਪਾਉਂਡ ਚਪਾ ਇਹ ਲੱਗਿਆ ਭਾਈ ਮੇਰੇ 95 9 ਦੀ ਪੈਕੇਟ ਇਹ ਨਾਟ ਦਾ ਅਕੜਾ ਵਿੱਚ ਲੱਗ ਗਿਆ ਭਾਈ ਮੇਰੇ ਸਫਾ ਛੱਡ ਕੇ ਵਿਚਲਾ ਅਕੜਾ 58 ਦਾ ਪਹਿਲੀ ਵਾਰ ਇਹ ਲੱਗਿਆ ਜੇ ਦੂਸਰੀ ਵਾਰੀ ਭਾਈ ਮੇਰੇ ਇਹ ਲੱਗਿਆ 58 ਦਾ ਅਕੜਾ 35 ਲੱਗੀ 35 9 ਫਿਰ ਆ ਕੇ ਭਾਈ ਮੇਰੇ ਤੀਸਰੀ ਵਾਰੀ ਇਹ ਲੱਗਿਆ ਫਿਰ 35 9 ਲੱਗੀ ਚੌਥੀ ਵਾਰੀ ਆ ਲੱਗਿਆ ਭਾਈ ਮੇਰੇ ਆਪਾਂ 1 ਡਰਾ ਛੱਡ ਕੇ ਥੱਲੇ ਖੇੜਨੇ 1 ਡਰਾ ਛੱਡ ਕੇ ਥੱਲੇ ਪੜਾ ਕਰਨਾ ਭਾਈ ਮੇਰੇ ਇਨਸ਼ਾਅੱਲਾ ਅੱਲਾ ਦੇ ਖੁਦ ਨਾਲ ਤੁਹਾਨੂੰ ਸਿੰਗਲ ਹੀ ਸੈਂਟਰ ਭਾਈ ਮੇਰੇ ਦੇਣਾ ਸਿੰਗਲ ਸੈਂਟਰ ਐ ਭਾਈ ਮੇਰੇ ਜਦੋਂ ਪਹਿਲੀ ਵਾਰੀ 59 ਲੱਗਿਆ ਆ ਪੈਕਟ ਨਾਲ ਛੱਡ ਕੇ ਥੱਲੇ ਖੇੜਨਾ ਸੀ ਐ ਪਿਛਲਾ ਅਕੜਾ ਸੀ ਇਹਦਾ 98 ਦਾ ਇਹ 98 ਦੇ ਭਾਈ ਮੇਰੇ 4938 ਦਾ ਥੱਲੇ 1 ਡਰਾ ਛੱਡ ਕੇ ਥੱਲੇ ਸੈਂਟਰ ਲੱਗਣਾ ਸੀ ਐ ਭਾਈ 8 ਦਾ ਸੈਂਟਰ ਲੱਗ ਗਿਆ ਦੂਸਰੀ ਵਾਰੀ ਭਾਈ ਮੇਰੇ ਆ ਕੇ ਇਹ ਪਿਆਸੀ 93 ਦਾ ਆਕੜਾ 4938 ਦਾ ਸੈਂਟਰ ਲੱਗਣਾ ਸੀ ਇਹ ਭਾਈ ਇੱਕੜ ਦਾ ਛੜ ਕੇ ਥੱਲੇ 8 ਦਾ ਸੈਂਟਰ ਲੱਗ ਗਿਆ ਠੀਕ ਹੋ ਗਿਆ ਭਾਈ ਮੇਰੇ ਦੁਬਾਰਾ ਭਾਈ ਮੇਰੇ ਜਦੋਂ ਇਹ ਆਇਆ ਇੱਕੜ ਦਾ ਛੜ ਕੇ ਪਾ ਥੱਲੇ ਖੇਣਾ ਸੀ 49 ਦਾ ਕੱਲਾ ਸੈਂਟਰ ਸੀ ਭਾਈ ਮੇਰੇ ਇਹ ਲੱਗ ਗਿਆ ਕਿਉਂਕਿ ਦੂਸਰਾ ਫਿੰਗਰ ਨਹੀਂ ਸੀ 99 ਸੀ ਇਹ ਥੱਲੇ ਭਾਈ ਮੇਰੇ ਸੈਂਟਰ 9 ਦਾ ਲੱਗ ਗਿਆ ਅੱਜ ਭਾਈ ਮੇਰੇ ਇਹ ਆ ਗਿਆ ਐਪ ਇਹ 25 ਲਾਗੀ ਭਾਈ ਮੇਰੇ 2595 ਇਹ ਕਹਿੰਦਾ 4905 ਦੇ ਵਿੱਚੋਂ ਸੈਂਟਰ ਲਾਵੋ ਮੈਂ ਆਪਣੇ ਭਾਈਆਂ ਨਾਲ ਸਿੰਗਲ ਸੈਂਟਰ ਦਾ ਵਾਅਦਾ ਕੀਤਾ ਇਨਸ਼ਾਅੱਲਾ ਅੱਲਾ ਦੇ ਨਾਲ ਸਿੰਗਲ ਸੈਂਟਰ ਦੇਵਾਂਗਾ ਐ ਭਾਈ ਮੇਰੇ 4905 ਦਾ ਸੈਂਟਰ ਹੈਗਾ ਜੇ ਭਾਈ ਮੇਰੇ ਇਹ ਕਹਿੰਦਾ ਇਹਨਾਂ ਚੋਂ ਸੈਂਟਰਾਂ ਦੇ ਵਿੱਚੋਂ ਸੈਂਟਰ ਲਾਵੋ 4905 ਵਿੱਚੋਂ ਮੈਂ ਆਪਣੇ ਭਾਈਆਂ ਨਾਲ ਸਿੰਗਲ ਸਿੰਗਲ ਬੈਕ ਆਕੜੇ ਦੀ ਵਾਅਦਾ ਕੀਤਾ ਇਨਸ਼ਾਅੱਲਾ ਅੱਲਾ ਦੇ ਨਾਲ ਤੁਹਾਨੂੰ ਪਸੰਦ ਆਵੇਗਾ ਐ ਭਾਈ ਮੇਰੇ ਜਦੋਂ ਪਹਿਲੀ ਦਫਾ ਨਾਟ ਲੱਗੀ ਪਹਿਲੀ ਦਫਾ 98 ਲੱਗੀ ਤੇ ਐ ਭਾਈ ਮੇਰੇ 98 ਦੇ ਕਰਾਂ ਵਿੱਚੋਂ ਤੇ ਸੈਂਟਰ ਲੱਗ ਗਿਆ ਇਹ ਦੂਸਰੀ ਰੂਟੀਨ ਹੈ ਭਾਈ ਮੇਰੇ ਐ ਜਦੋਂ ਪਹਿਲੇ 98 ਲੱਗੀ ਐ ਪੈਸੇ ਡਰਾ ਕਰਨਾ ਸੀ ਇਹਦਾ ਵਿਚਲਾ ਜਿਹੜਾ ਭਾਈ ਮੇਰੇ ਪਿਆ ਸੀ ਐ 96 80 78 ਇੱਕ ਕਲਾ 8 ਦਾ ਸੈਂਟਰ ਲੱਗਣਾ ਸੀ ਭਾਈ ਮੇਰੇ ਥੱਲੇ 98 ਤੋਂ ਇੱਕ ਡਰਾ ਛੱਡ ਕੇ ਥੱਲੇ ਲੱਗਣਾ ਸੀ ਕਲਾ ਸੈਂਟਰ ਆ ਛੀਵਾ ਫਿੰਗਰ 200 ਬੌਂਡ ਦਾ ਭਾਈ ਮੇਰੇ ਆ ਛੀਵਾ ਫਿੰਗਰ ਇਹਦੇ ਪਾ ਥੱਲੇ ਡਰਾ ਕਰਨਾ ਸੀ 98 ਤੋਂ ਦੋ ਹੱਥ ਥੱਲੇ ਇਹਦੇ ਤੋਂ ਇੱਕ ਹੱਥ ਥੱਲੇ ਐ ਛੀਵਾ ਫਿੰਗਰ ਕੱਲਾ ਭਾਈ ਮੇਰੇ ਸੈਂਟਰ ਲੱਗਣਾ ਸੀ ਇਹ ਪਹਿਲੀ ਦਫਾ ਇੱਕੋ ਸੈਂਟਰ ਲੱਗਿਆ ਇਸ ਤੋਂ ਅੱਗੇ ਬੈਕ ਹੀ ਲੱਗ ਰਹੀ ਹੈ ਭਾਈ ਮੇਰੇ ਐ ਭਾਈ ਮੇਰੇ 59 ਲੱਗਿਆ ਆ ਪੈਕੜਾ ਥੱਲੇ ਖੇਲਣਾ ਸੀ ਇਹ 4 9 3 8 ਵਿੱਚੋਂ ਸੈਂਟਰ ਤਾਂ ਲੱਗਣਾ ਹੀ ਲੱਗਣਾ ਸੀ ਇਹਦੇ ਭਾਈ ਜਿਹੜਾ ਵਿਚ ਪਿਆ ਸੀ ਭਾਈ ਮੇਰੇ 34 99 28 ਇਹ 28 ਪਲਟ ਕੇ ਭਾਈ ਮੇਰੇ 82 ਲੱਗਿਆ ਛੀਵਾ ਫਿੰਗਰ ਕੱਲਾ ਸੈਂਟਰ ਲੱਗਣਾ ਸੀ ਇਹ ਦੋ ਦਾ ਚੌਥਾ ਫਿੰਗਰ ਲੱਗ ਗਿਆ ਇਹ ਪਲਟ ਕੇ ਭਾਈ ਮੇਰੇ 28 ਦਾ ਅਕੜਾ ਲੱਗ ਗਿਆ ਬੈਕ ਤਵੱਜੋ ਕਰਨੀ ਗੌਰ ਕਰਨਾ ਇਨਸ਼ਾਅੱਲਾ ਤੁਹਾਨੂੰ ਪਸੰਦ ਆਵੇਗੀ ਰੂਟੀਨ ਬਹੁਤ ਪਿਆਰੀ ਏ ਤਾਂ ਭਾਈ ਮੇਰੇ 28 ਪਲਟ ਕੇ 82 ਲੱਗੀ ਦੂਸਰੀ ਦਫਾ ਲੱਗਿਆ ਭਾਈ ਮੇਰੇ ਸੈਂਟਰ ਤਾਂ ਲੱਗ ਹੀ ਰਿਹਾ ਏ ਸਿੰਗਲ ਸੈਂਟਰ ਲੱਗ ਰਿਹਾ ਏ ਭਾਈ ਸਿੰਗਲ ਫਿਰ ਆਕੇ ਭਾਈ ਮੇਰੇ 59 ਲੱਗੀ ਜੇ ਪੈਕਟ ਦਾ ਛੱਡ ਕੇ ਥੱਲੇ ਖੇਣਾ ਸੀ 62 96 ਲੱਗੀ ਲੁਕਤੇ ਪਿਆ ਸੀ ਭਾਈ ਮੇਰੇ 69 ਦਾ 69 ਦਾ ਅਕੜਾ ਇਹ ਪਲਟ ਕੇ 96 ਹੋ ਗਿਆ ਇਹ ਕੱਲਾ ਸੈਂਟਰ ਤੇ ਇਹ ਕੱਲਾ ਹੀ ਹੈਗਾ ਸੀ ਐਂਦਾ ਭਾਈ ਜੀ ਇਹ ਪੰਜਵਾਂ ਫਿੰਗਰ ਸੀ ਜਿਹੜਾ ਇਹ ਪਲਟ ਕੇ 96 ਲੱਗ ਗਿਆ ਪਹਿਲੇ ਪਲਟ ਕੇ 82 ਲੱਗ ਗਿਆ ਫੇਰਾ ਪਲਟ ਕੇ 96 ਲੱਗ ਗਿਆ ਅੱਜ ਭਾਈ ਮੇਰੇ ਤੀਸਰੇ ਹੱਥ ਤੇ ਇਹ ਰੁਕੀਨ ਪਈ ਹੈ ਭਾਈ ਮੇਰੇ ਉਵੇਂ ਤਾਂ ਸੈਂਟਰ ਤਾਂ ਚੌਥੇ ਹੱਥ ਤੇ ਪਿਆ ਹੈ ਸੈਂਟਰ ਤਾਂ ਕੱਲਾ ਚੌਥੇ ਹੱਥ ਤੇ ਸਿੰਗਲ ਸੈਂਟਰ ਪਿਆ ਹੈ ਭਾਈ ਮੇਰੇ ਇਹ ਕਹਿੰਦਾ ਮੈਂ ਇੱਥੇ ਕੱਲਾ ਸੈਂਟਰ ਲਾਉਣਾ ਹੈ ਅਗਰ ਭਾਈ ਮੇਰੇ ਆਕੜਾ ਪਲਟ ਕੇ ਲੱਗੇ ਤਾਂ ਕੱਲਾ 93 ਦਾ ਆਕੜਾ ਬੈਕ ਲੱਗਣਾ ਜੇ ਤੇ ਮੈਂ ਆਪਣੇ ਭਾਈਆਂ ਨੂੰ ਸਾਹਮਣਾ ਆਕੜਾ ਡਬਲ ਐਫ ਪ੍ਰਾਈਜ਼ ਬਾਉਂਡ ਤੇ ਦਿੱਤਾ ਹੈ ਉਹ ਤੁਸੀਂ لازਮੀ ਦੇਖਣਾ ਇਨਸ਼ਾ ਅੱਲਾਹ ਦੇਖੋ ਨਾਲ ਇਸ ਬੈਕ ਇੱਕ ਕੱਲੀ ਬੈ ਕੇ ਭਾਈ ਮੇਰੇ ਆਏ। ਅਗਰ ਮੇਰੇ ਭਾਈਆਂ ਨੂੰ ਮੇਰੀ ਚਾਲ ਅੱਛੀ ਲੱਗੀ ਹੋਵੇ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ। ਅਗਰ ਭਾਈ ਤੁਸੀਂ ਕੱਲਾ ਆਕੜਾ ਵੀ ਪਾ ਸਕਦੇ ਜੇ ਸਿੰਗਲ ਆਕੜਾ ਦਿੱਤਾ ਭਾਈ ਮੇਰੇ ਮੈਂ ਦੂਸਰੇ ਆਦੇ ਚੈਨਲ ਤੇ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਉਹ ਆਕੜੇ ਦੀ ਰੁਟੀਨ ਵੇਖ ਤੇ ਤੁਸੀਂ ਥੋੜੀ ਤਬੀਅਤ ਖੁਸ਼ ਹੋ ਜਾਵੇਗੀ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਬਹੁਤ ਹੀ ਪਿਆਰੇ ਰੀਜ਼ਨ ਨਾਲ ਬਹੁਤ ਹੀ ਜ਼ਬਰਦਸਤ ਰੁਟੀਨ ਨਾਲ ਜਿਵੇਂ ਕਿ ਮੈਂ ਆਪਣੇ ਭਾਈਆਂ ਨੂੰ ਇਹ ਸਿੰਗਲ ਸੈਂਟਰ ਦੀ ਰੁਟੀਨ ਦਿੱਤੀ ਹੈ ਔਰ ਬੈਕ ਆਕੜੇ ਦੀ ਰੁਟੀਨ ਦਿੱਤੀ ਹੈ ਇਸੇ ਤੁਸੀਂ ਉਹਨੂੰ ਲਾਜ਼ਮੀ ਦੇਖਣਾ ਹੈ ਉਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਹੈ ਉਹਨੂੰ ਕਿ ਉਹਦੀ ਵੀਡੀਓ ਵੀ ਆਮਨ ਵਾਲੀ ਟੋਡੇ ਭਾਈਆਂ ਤੱਕ ਪਹੁੰਚੇ ਤਾਂ ਭਾਈ ਮੇਰੇ ਮੇਰੇ ਅਗਰ ਦੋਨੋਂ ਰੁਟੀਨ ਅੱਛੀ ਲੱਗੀਏ ਪਸੰਦ ਆਈਏ ਤਾਂ ਭਾਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ ਐਸਾਈ ਨਵੀਂ ਵੀਡੀਓ ਆਮਨ ਵਾਲੀ ਟੋਡੇ ਭਾਈਆਂ ਤੱਕ ਪਹੁੰਚੇ ਤਾਂ ਅਗਲੀ ਵੀਡੀਓ ਤੱਕ ਭਾਈ ਮੇਰੇ ਮੈਨੂੰ ਇਜਾਜ਼ਤ ਦਿਓ ਅੱਲਾਹ ਹਾਫਿਜ਼